ਕਰੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ ਸ਼ਾਂਤੀ ਕਰੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ ਸ਼ਾਂਤੀ ਕਰੀ ਕਿਸਾਨ ਯੂਨੀਅਨ ਪੰਜਾਬ ਜੀ ਮੈਡਮ ਕੀ ਨਾਮ ਹੈ ਜੀ ਤੇ ਕਿਹੜੇ ਜੱਥੇ ਮੇਰਾ ਨਾਮ ਸੰਦੀਪ ਕੌਰ ਦੁਬਾਰ ਕ੍ਰਾਂਤੀਕਾਰੀ ਇਕਾਈ ਯੂਨੀਅਨ ਦੀ ਪ੍ਰਧਾਨ ਜੀ ਮੈਂ ਅੱਜ ਮੁਜ਼ੱਫਰ ਨਗਰ ਜਾ ਰਹੇ ਹਾਂ ਜੀ ਅਸੀਂ ਇੱਥੇ ਵੱਡਾ ਮਹਾਂਪੁਰਖ ਧਰਨਾ ਲਾ ਰਹੇ ਹਾਂ हां जी मैं गुरत्याग सिंह सुगना प्रधान पिला टूबला क्रांतिकारी किसान अज जिहड़ी 5 तरीक नूं किसान महारैली मुजफ्फरनगर जुक्की विखे हो रही है मिशन जुक्की उहदे बारे पटियाले जिले विचों 5000 बंदा जा रहा मुजफ्फरनगर जुक्की विखे जिवें अलग अलग जथां दे रूप दे विच जिवें 3 तरीक तों शुरू करते आ जी तां जो छोटे छोटे 2-2 400-400 बंदा जथे भी सरकार कोई झिंगड़ा ना पा सके जिवें ट्रेनां दे विच जां अपने अपने साधना बसां राही जिवें कुछ जथा कालू चलू एवें करके अलग अलग जगह तों पटियाले जिले विच 5000 बंदा मुजफ्फरनगर लई किसान महाराज जा रहा जिथे कि बीजेपी सरकार दा विरोध करना पहलां जिवें किसानां ने पश्चिम बंगाल दे विच बीजेपी सरकार नूं सबक सिखाया उवें हुण जिवें 5 स्टेटां अगे इलैक्शन हो रहे ने उन्होंने यूपी स्टेट आ जिहड़ी बहुत वड्डी स्टेट आ उत्थे किसान महारैली करके मोदी सरकार नूं बीजेपी सरकार नूं सबक सिखाया जाऊगा। ਤੁਸੀਂ ਕਿਵੇਂ ਦੇਖਦੇ ਹੋ ਅੱਜ ਜਿਵੇਂ ਪਿਛਲੇ ਦਿਨੀ ਮੋਗਾ ਦੇ ਵਿੱਚ ਕਿਸਾਨਾਂ ਦੇ ਉੱਤੇ ਜੋ ਤੁਸੀਂ ਦੇਖ ਸਕਦੇ ਹੋ ਸੁਖਬੀਰ ਬਾਦਲ ਦੇ ਵੱਲੋਂ ਕਿਸਾਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵਿਰੋਧ ਕਰਨਾ ਉਹਨਾਂ ਨੂੰ ਕਾਫੀ ਨਾਗਵਾਰ ਗੁਜ਼ਰਿਆ। ਦੇਖੋ ਜੇ ਰਵੈਤੀ ਪਾਲ ਦੇ ਸਖ਼ਤ ਵਿਰੋਧ ਕਰਦੇ ਆ ਇਹਨਾਂ ਦੀ ਸਖ਼ਤ ਨਿੰਦਾ ਕਰਦੇ ਆ ਕਿਉਂਕਿ ਜਿਹੜਾ ਚੋਣ ਮਨੁੱਖ ਤੋਂ ਸ਼ੁਰੂ ਹੋਣਾ ਹੁੰਦਾ ਚੋਣ ਪ੍ਰਚਾਰ ਉਹ ਆਪਾਂ ਅੱਗੇ ਵੀ ਦੇਖਦੇ ਹਾਂ ਉਹ 1.5 ਜਾਂ 2 ਮਹੀਨੇ ਪਹਿਲਾਂ ਸ਼ੁਰੂ ਹੁੰਦਾ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਪਰ ਇਸ ਵਾਰ ਆਪਾਂ ਦੇਖ ਸਕਦੇ ਜਿਹੜੇ ਰਵੈਤੀ ਪਾਲਤੀ ਹੈ ਨਾ ਬਿਨਾਂ ਕਿਸੇ ਮਤ ਤੋਂ ਸਾਡੇ ਕਿਸਾਨ ਭਾਈਆਂ ਦੇ ਵਿੱਚ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰ ਰਹੇ ਨੇ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰ ਰਹੇ ਹਾਂ ਵਿਰੋਧ ਕਰਦੇ ਹਾਂ ਕਿਉਂਕਿ ਜਿਹੜਾ ਕਿਸਾਨ ਆ ਦੇਸ਼ ਦਾ ਅੰਨਦਾਤਾ ਜੇ ਅੰਨਦਾਤੇ ਨੂੰ ਇਹ ਮਤਲਬ ਜਿਵੇਂ ਡਾਂਗਾ ਮਾਰਨ ਜਿਵੇਂ ਆਪਾਂ ਉਹ ਹਰਿਆਣਾ ਦੀ ਸਰਕਾਰ ਖੱਟਰ ਸਰਕਾਰ ਦਾ ਵਿਰੋਧ ਕਰਦੇ ਹਾਂ ਬਹੁਤ ਨਿੰਦਾ ਕਰਦੇ ਹਾਂ ਮੰਦਭਾਗੀ ਘਟਨਾ ਉਵੇਂ ਹੀ ਸਾਡੇ ਪੰਜਾਬ ਦੇ ਵਿੱਚ ਮੋਗੇ ਵਾਲੀ ਘਟਨਾ ਵੀ ਬਹੁਤ ਮੰਦਭਾਗੀ ਭਾਗਣਾ ਅਸੀਂ ਸਾਰੇ ਰਵੈਤੀ ਪਾਲਟੇ ਜਿੰਨੇ ਵੀ ਹੁਣ ਤੱਕ 75 ਸਾਲਾਂ ਸਾਨੂੰ ਚੁਣਿਆ ਨੇ ਸਾਨੂੰ ਲੁੱਟ ਸੁੱਟ ਕੇ ਖਾ ਚੁੱਕਿਆ ਨੇ ਅੱਜ ਜਦੋਂ ਸਾਨੂੰ ਜਾਗ ਆਈ ਆ ਅਸੀਂ ਸਾਨੂੰ ਸਮਝ ਬਣ ਚੁੱਕੀ ਆ ਅਸੀਂ ਆਪਣੀ ਲੜਾਈ ਖੁਦ ਲੜ ਰਹੇ ਹਾਂ ਉਸ ਟਾਈਮ ਵੀ ਇਹ ਸਾਨੂੰ ਪਾੜਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰ ਰਹੀਆਂ ਨੇ ਸਾਡੀਆਂ ਬੀਬੀਆਂ ਭੈਣਾਂ ਦਾ ਇੱਕ